ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਕਿ ਕਿਸ ਤਰ੍ਹਾਂ ਘਰ ਦੇ ਪਾਣੀ ਦੇ ਨਾਲ ਤੁਸੀਂ ਆਪਣੀਆਂ ਘਰ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ। ਹਾਂਜੀ, ਪਰੇਸ਼ਾਨੀਆਂ ਤਾਂ ਦੂਰ ਕਰ ਹੀ ਸਕਦੇ ਹੋ, ਇਸ ਦੇ ਨਾਲ ਨਾਲ ਜੋ ਵੀ ਤੁਸੀਂ ਉਸ ਤੋਂ ਮੰਗੋਗੇ, ਭਾਵੇਂ ਪੈਸਾ, ਸਮਝ ਲਓ ਤੁਹਾਨੂੰ 1 ਲੱਖ ਰੁਪਏ ਦੀ ਜ਼ਰੂਰਤ ਹੈ, 1 ਲੱਖ ਦੀ ਜਗ੍ਹਾ ਤੁਹਾਨੂੰ 10 ਲੱਖ ਮਿਲਣਗੇ। ਹਾਂਜੀ, ਪੈਸਿਆਂ ਦੀ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ, ਕਿਸੇ ਵੀ ਚੀਜ਼ ਨੂੰ ਮੈਨੀਫੈਸਟ ਕਰ ਸਕਦੇ ਹੋ, ਮਨੀ ਨੂੰ ਕਰ ਸਕਦੇ ਹੋ, ਪੈਸਾ, ਜੌਬ, ਨੌਕਰੀ, ਵਪਾਰ, ਕਿਸੇ ਨਾਲ ਪਿਆਰ ਕਰਦੇ ਹੋ ਉਹਨਾਂ ਨੂੰ ਵੀ ਮੈਨੀਫੈਸਟ ਕਰ ਸਕਦੇ ਹੋ, ਲਵ ਰਿਲੇਸ਼ਨਸ਼ਿਪ ਸਭ ਮੈਨੀਫੈਸਟ ਕਰ ਸਕਦੇ ਹੋ। ਪਾਣੀ ਵਿੱਚ ਇੰਨੀ ਤਾਕਤ ਹੈ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੋਏਗਾ ਕਿ ਸਾਡੇ ਸਰੀਰ ਦੇ ਅੰਦਰ ਵੀ 75% ਪਾਣੀ ਹੀ ਹੈ, ਤੇ ਇਸ ਦੇ ਨਾਲ ਨਾਲ ਜਦੋਂ ਵੀ ਆਪਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਮੰਦਿਰ ਜਾਂਦੇ ਹਾਂ, ਉੱਥੇ ਸਾਨੂੰ ਸਰੋਵਰ ਦਾ ਜਲ ਦਿੱਤਾ ਜਾਂਦਾ ਹੈ। ਉਹ ਜਲ ਜਦੋਂ ਅਸੀਂ ਗ੍ਰਹਿਣ ਕਰਦੇ ਹਾਂ, ਉਹ ਪੀਂਦਿਆਂ ਸਾਰ ਹੀ ਸਾਡੇ ਅੰਦਰ ਇੱਕ ਅਲੱਗ ਕਿਸਮ ਦੀ ਐਨਰਜੀ ਆ ਜਾਂਦੀ ਹੈ, ਇੱਕ ਅਲੱਗ ਕਿਸਮ ਦੀ ਸ਼ਾਂਤੀ ਮਿਲਦੀ ਹੈ। ਇਸੇ ਤਰ੍ਹਾਂ ਤੁਸੀਂ ਆਪਣੇ ਘਰ ਦੇ ਪਾਣੀ ਨੂੰ ਵੀ ਜਾਦੂਈ ਜਲ ਬਣਾ ਸਕਦੇ ਹੋ, ਪਵਿੱਤਰ ਜਲ ਬਣਾ ਸਕਦੇ ਹੋ, ਜਿਸ ਤੋਂ ਤੁਸੀਂ ਕੁਝ ਵੀ ਮੰਗ ਸਕਦੇ ਹੋ। ਹਾਂਜੀ, ਇਸ ਕਰਕੇ ਅੱਜ ਦੀ ਵੀਡੀਓ ਬੜੀ ਹੀ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਹੈ, ਤੁਹਾਡੇ ਫਾਇਦੇ ਵਾਸਤੇ ਹੋਣ ਵਾਲੀ ਹੈ, ਇਸ ਕਰਕੇ ਭੱਜ ਕੇ ਜਾਣ ਦੀ ਜ਼ਰੂਰਤ ਨਹੀਂ, ਫ੍ਰੀ ਹੋ ਕੇ ਆ ਜਾਓ, ਆਰਾਮ ਨਾਲ ਬੈਠ ਕੇ ਵੀਡੀਓ ਦੇਖੋ ਤੇ ਆਪਣੇ ਘਰ ਦੀਆਂ ਪਰੇਸ਼ਾਨੀਆਂ ਦੂਰ ਕਰੋ। ਤੇ ਚਲੋ ਜੀ, ਇਸ ਤੋਂ ਪਹਿਲੇ ਕਿ ਮੈਂ ਤੁਹਾਨੂੰ ਦੱਸਾਂ ਕਿ ਕਿਸ ਤਰ੍ਹਾਂ ਤੁਸੀਂ ਪਾਣੀ ਨਾਲ ਆਪਣੀਆਂ ਪਰੇਸ਼ਾਨੀਆਂ ਦੂਰ ਕਰ ਸਕਦੇ ਹੋ, ਉਸ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਹੁਣੇ ਲਾਈਕ ਕਰੋ ਜੀ, ਤੇ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ, ਬੈਲ ਆਈਕਨ ਦਾ ਘੰਟੀ ਦਾ ਜਿਹੜੇ ਨਾਲ ਹੁੰਦੀ ਹੈ ਉਹਨੂੰ ਜ਼ਰੂਰ ਦਬਾਇਆ ਕਰੋ ਤਾਂ ਕਿ ਮੇਰੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਪਰਮਾਤਮਾ ਦਾ ਆਸ਼ੀਰਵਾਦ ਲੈਣ ਦੇ ਲਈ ਪਰਸਨਲੀ ਰਿਕੁਐਸਟ ਕਰ ਰਹੀ ਹਾਂ, ਕਮੈਂਟ ਵਿੱਚ ਹਾਜ਼ਰੀ ਜ਼ਰੂਰ 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 ਦੇ ਕੇ ਜਾਇਆ ਕਰੋ ਜੀ। ਤੇ ਚਲੋ ਜੀ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਜੇਕਰ ਪਾਣੀ 1 ਜਾਂ 2 ਦਿਨ ਸਾਨੂੰ ਨਾ ਮਿਲੇ ਤਾਂ ਅਸੀਂ ਜ਼ਿੰਦਾ ਨਹੀਂ ਰਹਿ ਸਕਦੇ। ਇੱਕ ਇਨਸਾਨ ਨੂੰ ਜੇਕਰ ਆਪਾਂ 1 ਜਾਂ 2 ਦਿਨ ਪਾਣੀ ਨਹੀਂ ਦੇਵਾਂਗੇ ਤਾਂ ਉਹ 1 ਗਿਲਾਸ ਪਾਣੀ ਦੇ ਬਦਲੇ ਕੁਝ ਵੀ ਦੇਣ ਵਾਸਤੇ ਤਿਆਰ ਹੋ ਜਾਂਦਾ ਹੈ। ਅਸੀਂ ਜੇ ਕਿਸੇ ਨੂੰ, ਇੱਕ ਬੰਦੇ ਨੂੰ 1 ਜਾਂ 2 ਦਿਨ ਭੁੱਖਾ ਰੱਖੀਏ ਤਾਂ ਉਹ ਫਿਰ ਵੀ ਜ਼ਿੰਦਾ ਰਹਿ ਸਕਦਾ ਹੈ। ਕੁਝ ਵੀ ਈਵਨ ਕਿ ਪੇੜ ਪੌਦਿਆਂ ਦੇ ਪੱਤੇ ਖਾ ਕੇ ਵੀ ਉਹ ਜ਼ਿੰਦਾ ਰਹਿ ਸਕਦਾ ਹੈ। ਪਰ ਪਾਣੀ ਦੇਖੋ ਇੱਕ ਐਸੀ ਸ਼ਕਤੀਸ਼ਾਲੀ ਚੀਜ਼ ਹੈ ਜਿਸ ਦੇ ਬਿਨਾਂ ਉਹ ਬਿਲਕੁਲ ਜ਼ਿੰਦਾ ਨਹੀਂ ਰਹਿ ਸਕਦਾ, ਤੇ ਉਹੀ ਸ਼ਕਤੀਸ਼ਾਲੀ ਚੀਜ਼ ਸਾਡੇ ਘਰ ਵਿੱਚ ਪਈ ਹੋਈ ਹੈ ਤੇ ਤੁਹਾਨੂੰ ਜਾਣਕਾਰੀ ਨਾ ਹੋਣ ਦੇ ਕਾਰਨ ਤੁਹਾਨੂੰ ਨਹੀਂ ਪਤਾ ਕਿ ਇਹ ਪਾਣੀ ਤੁਹਾਡੀਆਂ ਪਰੇਸ਼ਾਨੀਆਂ ਦੂਰ ਕਰ ਸਕਦਾ ਹੈ। ਕਿਉਂਕਿ ਅੱਜ ਕੱਲ ਤਾਂ ਸਾਇੰਸ ਨੇ ਵੀ ਮੰਨ ਲਿੱਤਾ ਹੈ ਕਿ ਪਾਣੀ ਇੱਕ ਐਸੀ ਸ਼ਕਤੀਸ਼ਾਲੀ ਚੀਜ਼ ਹੈ ਕਿ ਤੁਸੀਂ ਉਹਦੇ ਅੰਦਰ ਆਪਣੀ ਫੀਲਿੰਗਸ ਪਾਓਗੇ। ਜੇ ਤੁਸੀਂ ਉਹਦੇ ਅੱਗੇ ਜੋ ਵੀ ਬੋਲੋਗੇ ਉਹ ਉਸ ਚੀਜ਼ ਨੂੰ ਗ੍ਰਹਿਣ ਕਰ ਲੈਂਦਾ ਹੈ। ਕਿਉਂਕਿ ਦੇਖੋ ਪੁਰਾਣੇ ਜ਼ਮਾਨਿਆਂ ਵਿੱਚ ਤਾਂ ਇਹ ਵੀ ਕਿਹਾ ਜਾਂਦਾ ਸੀ ਕਿ ਸਾਨੂੰ ਗਲਤ ਲੋਕਾਂ ਦਾ ਜਾਂ ਗਲਤ ਘਰਾਂ ਦਾ ਪਾਣੀ ਵੀ ਨਹੀਂ ਪੀਣਾ ਚਾਹੀਦਾ, ਕਿਉਂਕਿ ਉਹਨਾਂ ਲੋਕਾਂ ਦੀ ਪਨੋਤੀ ਜੋ ਹੈ ਉਹ ਆਪਾਂ ਉਹਨਾਂ ਦਾ ਪਾਣੀ ਪੀਵਾਂਗੇ ਤੇ ਸਾਡੇ ਅੰਦਰ ਆ ਜਾਂਦੀ ਹੈ। ਹੁਣ ਅੱਜ ਦਾ ਤੁਹਾਨੂੰ ਉਪਾਅ ਦੱਸਣ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਉਪਾਅ ਉਹੀ ਵਿਅਕਤੀ ਕਰ ਸਕਦਾ ਹੈ, ਉਹੀ ਮਨੁੱਖ ਕਰ ਸਕਦਾ ਹੈ ਜਿਸ ਨੂੰ
ਪਾਣੀ ਨੂੰ ਪੜ੍ਹਨਾ ਆਉਂਦਾ ਹੋਵੇ। ਹੁਣ ਜਿਹੜੇ ਵੀ ਮੇਰੀ ਵੀਡੀਓ ਦੇਖ ਰਹੇ ਹਨ ਉਹਨਾਂ ਸਾਰਿਆਂ ਨੂੰ ਪਾਣੀ ਨੂੰ ਪੜ੍ਹਨਾ ਨਹੀਂ ਆਉਂਦਾ ਹੋਵੇਗਾ। ਪਾਣੀ ਨੂੰ ਪੜ੍ਹਨ ਦਾ ਮਤਲਬ ਹੁੰਦਾ ਹੈ ਕਿ ਪਾਣੀ ਦੇ ਵਿੱਚ ਅਸੀਂ ਇੱਕ ਐਸਾ ਮੰਤਰ ਪੜ੍ਹ ਦਿੰਦੇ ਹਾਂ। ਤੁਸੀਂ ਦੇਖਿਆ ਹੋਏਗਾ ਕਿ ਜੋ ਲੋਕ ਬਹੁਤ ਪਹੁੰਚੇ ਹੁੰਦੇ ਹਨ, ਬੜੀ ਤਪੱਸਿਆ ਕਰਕੇ ਜੋ ਬਹੁਤ ਗਿਆਨੀ ਹੁੰਦੇ ਹਨ, ਉਹ ਪਾਣੀ ਨੂੰ ਪੜ੍ਹਦੇ ਹਨ ਤੇ ਉਸ ਪਾਣੀ ਦੇ ਅੰਦਰ ਫੂਕ ਮਾਰ ਕੇ ਕਿਸੇ ਨੂੰ ਦਿੰਦੇ ਹਨ ਤਾਂ ਉਹਦੀ ਪੁਰਾਣੀ ਤੋਂ ਪੁਰਾਣੀ ਬਿਮਾਰੀ ਵੀ ਦੂਰ ਹੋ ਜਾਂਦੀ ਹੈ। ਪਰ ਇੱਥੇ ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ, ਟੈਨਸ਼ਨ ਵਿੱਚ ਆਉਣ ਦੀ ਜ਼ਰੂਰਤ ਨਹੀਂ ਹੈ ਕਿ ਅਸੀਂ ਕਿਸ ਤਰ੍ਹਾਂ ਕਰਾਂਗੇ, ਕਿਉਂਕਿ ਬੜੀ ਹੀ ਆਸਾਨੀ ਨਾਲ ਤੁਸੀਂ ਆਪਣੇ ਘਰ ਦੇ ਪਾਣੀ ਨੂੰ ਚਮਤਕਾਰੀ ਪਾਣੀ ਬਣਾ ਸਕਦੇ ਹੋ। ਤੇ ਤੁਹਾਨੂੰ ਅੱਜ ਦੱਸਾਂਗੇ ਕਿ ਹਰ ਇੱਕ ਪਰੇਸ਼ਾਨੀ ਦਾ ਹਰ ਇੱਕ ਅਲੱਗ ਤਰ੍ਹਾਂ ਦੇ ਨਾਲ ਅਸੀਂ ਉਪਾਅ ਕਰਨਾ ਹੈ। ਜਿਸ ਤਰ੍ਹਾਂ ਕਿ ਸਮਝ ਲਓ ਕਿ ਤੁਹਾਡੇ ਬਹੁਤ ਜ਼ਿਆਦਾ ਸ਼ਤਰੂ, ਬਹੁਤ ਜ਼ਿਆਦਾ ਦੁਸ਼ਮਣ ਪੈਦਾ ਹੋ ਗਏ ਹਨ। ਤੁਸੀਂ ਇਹ ਵੀ ਨੋਟਿਸ ਕੀਤਾ ਹੋਣਾ ਕਿ ਜਿਨ੍ਹਾਂ ਦੇ ਬਹੁਤ ਜ਼ਿਆਦਾ ਦੁਸ਼ਮਣ ਹੁੰਦੇ ਹਨ ਉਹ ਬੰਦਾ ਹਮੇਸ਼ਾ ਡਰਿਆ ਹੋਇਆ ਰਹਿੰਦਾ ਹੈ, ਘਬਰਾਹਟ ਵਿੱਚ ਰਹਿੰਦਾ ਹੈ, ਐਂਜਾਇਟੀ ਰਹਿੰਦੀ ਹੈ ਉਸਨੂੰ, ਹਮੇਸ਼ਾ ਉਸਨੂੰ ਕਿਸੇ ਨਾ ਕਿਸੇ ਚੀਜ਼ ਦੀ ਘਬਰਾਹਟ ਜੀ ਰਹਿੰਦੀ ਹੈ। ਉਸ ਬੰਦੇ ਦਾ ਕੌਨਫੀਡੈਂਸ ਇੱਕਦਮ ਲੂਜ਼ ਹੋ ਜਾਂਦਾ ਹੈ। ਤੁਸੀਂ ਕਰਨਾ ਕੀ ਹੈ, ਇੱਕ ਕੱਚ ਦਾ ਗਿਲਾਸ ਲੈਣਾ ਹੈ, ਉਸ ਦੇ ਅੰਦਰ ਤੁਸੀਂ ਪਾਣੀ ਭਰਨਾ ਹੈ, ਜਾਂ ਫਿਰ ਤਾਂਬੇ ਦਾ ਲੋਟਾ ਵੀ ਲੈ ਸਕਦੇ ਹੋ, ਤਾਂਬੇ ਦਾ ਗਿਲਾਸ ਵੀ ਲੈ ਸਕਦੇ ਹੋ, ਸਟੀਲ ਦਾ ਗਿਲਾਸ ਜਾਂ ਹੋਰ ਕਿਸੇ ਧਾਤੂ ਦਾ ਗਿਲਾਸ ਨਹੀਂ ਲੈਣਾ ਹੈ। ਜੇ ਮਿੱਟੀ ਦਾ ਗਿਲਾਸ ਤੁਹਾਨੂੰ ਮਿਲ ਜਾਂਦਾ ਹੈ ਤਾਂ ਉਹ ਤਾਂ ਹੋਰ ਵੀ ਅੱਛਾ ਹੈ। ਕਰਨਾ ਕੀ ਹੈ, ਉਸ ਗਿਲਾਸ ਦੇ ਅੰਦਰ ਪਾਣੀ ਭਰ ਕੇ ਤੁਸੀਂ ਅੱਧਾ ਘੰਟਾ ਆਪਣੀ ਸ਼ਕਲ ਉਸ ਗਿਲਾਸ ਦੇ ਅੰਦਰ ਦੇਖਣੀ ਹੈ ਤੇ ਉਸ ਬੰਦੇ ਨੂੰ ਯਾਦ ਕਰਕੇ ਜੋ ਤੁਹਾਡਾ ਦੁਸ਼ਮਣ ਹੈ। ਜੇ ਤੁਹਾਨੂੰ ਪਤਾ ਹੈ ਤੁਹਾਡਾ ਦੁਸ਼ਮਣ ਕੀ ਹੈ ਤਾਂ ਉਸਦੀ ਸ਼ਕਲ ਯਾਦ ਕਰਨੀ ਹੈ, ਜੇ ਨਹੀਂ ਪਤਾ ਹੈ ਤਾਂ ਫਿਰ ਵੀ ਇਸ ਤਰ੍ਹਾਂ ਯਾਦ ਕਰਨਾ ਹੈ ਕਿ ਜੋ ਵੀ ਮੇਰੇ ਦੁਸ਼ਮਣ ਹਨ, ਜੋ ਮੈਨੂੰ ਪਰੇਸ਼ਾਨ ਕਰ ਰਹੇ ਹਨ, ਉਹਨਾਂ ਦੇ ਅੰਦਰ ਦਾ ਜਿਹੜਾ ਗੁੱਸਾ ਹੈ ਉਹ ਦਿਖਾਣਾ ਹੈ ਤੁਸੀਂ, ਤੇ ਇਸ ਦੇ ਨਾਲ ਦੇ ਨਾਲ ਆਪਣੀ ਅੱਧਾ ਘੰਟੇ ਤੋਂ ਬਾਅਦ ਆਪਣੀ ਅੱਖਾਂ ਬੰਦ ਕਰਕੇ ਜਿਹੜੇ ਵੀ ਤੁਸੀਂ ਗੁਰੂ ਨੂੰ ਮੰਨਦੇ ਹੋ, ਜਿਹੜੇ ਵੀ ਤੁਹਾਡੇ ਈਸਟ ਦੇਵੀ ਜਾਂ ਦੇਵਤਾ ਹਨ, ਉਹਨਾਂ ਦਾ ਬੀਜ ਮੰਤਰ ਪੜ੍ਹ ਲਓ। ਠੀਕ ਹੈ, ਤੁਸੀਂ ਲੋਕ ਮੂਲ ਮੰਤਰ ਪੜ੍ਹ ਸਕਦੇ ਹੋ, ਇਹ ਤੁਸੀਂ 5 ਤੋਂ 10 ਮਿੰਟ ਕਰੋ, ਉਸ ਤੋਂ ਬਾਅਦ ਤੁਸੀਂ ਇਸ ਪਾਣੀ ਨੂੰ ਪੀ ਲੈਣਾ ਹੈ। ਇਹ ਕਿਰਿਆ ਤੁਸੀਂ ਸਵੇਰੇ ਤੇ ਸ਼ਾਮੀ 2 ਵਾਰੀ ਕਰਨੀ ਹੈ। 3 ਜਾਂ 4 ਦਿਨਾਂ ਵਿੱਚ ਤੁਸੀਂ ਦੇਖੋਗੇ, ਇੱਕ ਤਾਂ ਤੁਹਾਡੇ ਅੰਦਰ ਇੱਕ ਜਿਹੜਾ ਕੌਨਫੀਡੈਂਸ ਲੂਜ਼ ਹੋ ਗਿਆ ਸੀ, ਇੱਕ ਅਜੀਬ ਜੀ ਸ਼ਕਤੀ ਤੁਹਾਡੇ ਅੰਦਰ ਆ ਜਾਏਗੀ, ਤੇ ਜਿਹੜਾ ਤੁਹਾਡਾ ਸ਼ਤਰੂ ਹੈ ਉਹਦਾ ਕੌਨਫੀਡੈਂਸ ਲੂਜ਼ ਹੋ ਜਾਏਗਾ, ਤੁਹਾਡੇ ਅੱਗੇ ਆਏਗਾ ਤਾਂ ਉਹ ਅੱਗੇ ਆਉਣ ਤੋਂ ਵੀ ਡਰਨ ਲੱਗ ਜਾਏਗਾ। ਇੰਨੀ ਸ਼ਕਤੀ ਹੈ ਇਸ ਗਿਲਾਸ ਦੇ ਪਾਣੀ ਦੇ ਅੰਦਰ, ਜੋ ਤੁਸੀਂ ਸ਼ਕਤੀ ਇਸਦੇ ਅੰਦਰ ਪਾਈ ਹੈ। ਇਸ ਤੋਂ ਇਲਾਵਾ ਤੁਹਾਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ, ਜਿਸ ਵੇਲੇ ਤੁਸੀਂ ਇਹ ਕਿਰਿਆ ਕਰਨੀ ਹੈ ਉਸ ਵੇਲੇ ਤੁਸੀਂ ਪੈਰਾਂ ਵਿੱਚ ਚੱਪਲ ਨਹੀਂ ਪਾਣੀ ਹੈ। ਯਾਨੀ ਕਿ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੇ ਜਿਹੜੇ ਪੈਰ ਹਨ ਉਹ ਅਰਥ ਨਾਲ ਕਨੈਕਟਿਡ ਹੋਣੇ ਚਾਹੀਦੇ ਹਨ, ਅਰਥ ਮਤਲਬ ਧਰਤੀ ਨਾਲ। ਠੀਕ ਹੈ, ਧਰਤੀ ਨਾਲ ਕਨੈਕਟਿਡ ਹੋਣੇ ਚਾਹੀਦੇ, ਉਹਦੀ ਸ਼ਕਤੀ ਵੀ ਤੁਹਾਡੇ ਅੰਦਰ ਆਉਂਦੀ ਹੈ। ਹੁਣ ਅਸੀਂ ਦੇਖਾਂਗੇ ਕਿ ਜਿਨ੍ਹਾਂ ਨੂੰ ਪੈਸਿਆਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ, ਕਿੱਧਰੋਂ ਵੀ ਉਹਨਾਂ ਨੂੰ ਪੈਸਾ ਨਹੀਂ ਆ ਰਿਹਾ ਹੈ, ਨੌਕਰੀ ਛੁੱਟ ਗਈ ਹੈ, ਠੀਕ ਹੈ, ਵਪਾਰ ਬੰਦ ਹੋ ਗਿਆ ਹੈ, ਜਾਂ ਫਿਰ ਉਹਨਾਂ ਦੇ ਕਰਜ਼ਾ ਬਹੁਤ ਜ਼ਿਆਦਾ ਚੜ੍ਹ ਗਿਆ ਹੈ, ਤਾਂ ਤੁਸੀਂ ਸਮਝ ਲਓ ਕਿ ਇਹ ਪਾਣੀ ਦਾ ਉਪਾਅ ਤੁਹਾਡੇ ਵਾਸਤੇ ਅੰਮ੍ਰਿਤ ਦਾ ਕੰਮ ਕਰੇਗਾ। ਠੀਕ ਹੈ, ਇਸ ਨੂੰ ਵੀ ਤੁਸੀਂ ਜਿਸ ਤਰ੍ਹਾਂ ਕਿ ਮੈਂ ਦੱਸਿਆ ਹੈ ਸ਼ਤਰੂਆਂ ਵਾਸਤੇ ਜਿਹੜਾ ਮੈਂ ਦੱਸਿਆ ਹੈ ਕਰਨਾ ਹੈ ਕ੍ਰਿਆ, ਉਸੀ ਤਰ੍ਹਾਂ ਹੀ ਹੈ। ਬਸ ਇੱਥੇ ਤੁਸੀਂ ਕੀ ਕਰਨਾ ਹੈ, ਇੱਥੇ ਤੁਸੀਂ ਅੱਧੇ ਘੰਟੇ ਵਾਸਤੇ ਇੱਕ ਮੂਲ ਮੰਤਰ ਪੜ੍ਹਨਾ ਹੈ। ਠੀਕ ਹੈ, ਉਸ ਪਾਣੀ ਨੂੰ, ਪਰ ਪਾਣੀ ਨੂੰ ਪੀਣ ਵੇਲੇ
ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨਾ। ਇੱਥੇ ਜਦੋਂ ਵੀ ਤੁਸੀਂ ਪਾਣੀ ਪੀਣਾ ਹੈ ਉਦੋਂ ਹੀ ਤੁਸੀਂ ਇਹ ਮੰਤਰ ਪੜ੍ਹਨਾ ਹੈ। ਜਿਹੜੇ ਦੂਜੇ ਧਰਮ ਦੇ ਲੋਕ ਹਨ ਉਹਨਾਂ ਨੇ ਮੰਤਰ ਪੜ੍ਹਨਾ ਹੈ ਸ਼੍ਰੀਮ ਸ਼੍ਰੀਮ। ਜਿਹੜੇ ਅਸੀਂ ਮੂਲ ਮੰਤਰ ਦਾ ਪਾਠ ਕਰ ਸਕਦੇ ਹਾਂ ਜਾਂ ਵਾਹਿਗੁਰੂ ਬੋਲ ਕੇ ਵੀ ਇਸ ਪਾਣੀ ਨੂੰ ਅਸੀਂ ਅਭਿਮੰਤ੍ਰਿਤ ਕਰ ਸਕਦੇ ਹਾਂ। ਠੀਕ ਹੈ, ਜਦੋਂ ਅਸੀਂ ਪਾਣੀ ਹੁਣ ਸਾਰੇ, ਮੈਂ ਤੁਹਾਨੂੰ ਕਿਹਾ ਕਿ ਜਦੋਂ ਵੀ ਪਾਣੀ ਪੀਣਾ ਹੈ ਤਾਂ ਇਹ ਮੰਤਰ ਪੜ੍ਹਨਾ ਹੈ ਤਾਂ ਸਾਰਿਆਂ ਵਾਸਤੇ ਪੋਸੀਬਲ ਨਹੀਂ ਹੋਏਗਾ। ਅੱਧਾ ਅੱਧਾ ਘੰਟਾ ਮੰਤਰ ਪੜ੍ਹਨਾ, ਠੀਕ ਹੈ। ਤੇ ਤੁਸੀਂ ਕੀ ਕਰਨਾ ਹੈ, ਇਸ ਦੇ ਵਾਸਤੇ ਤੁਸੀਂ ਇੱਕ ਗਲਾਸ ਵਿੱਚ ਪਾਣੀ ਲੈਣਾ ਹੈ ਤਾਂ ਆਪਣੇ ਜੋ ਵੀ ਗੁਰੂ ਨੂੰ ਮੰਨਦੇ ਹੋ ਉਹਨਾਂ ਦਾ ਉਹਨਾਂ ਨੂੰ ਯਾਦ ਕਰਕੇ, ਉਹ ਮੰਤਰ ਯਾਦ ਕਰਕੇ, ਉਹ ਪਾਣੀ ਨੂੰ ਵਿੱਚ ਆਪਣੀ ਸ਼ਕਲ ਦੇਖ ਕੇ ਉਸ ਪਾਣੀ ਨੂੰ ਅਭਿਮੰਤ੍ਰਿਤ ਕਰ ਲੈਣਾ ਹੈ ਤੇ ਉਸ ਦੇ ਅੰਦਰ ਇੱਕ ਲਾਲ ਗੁਲਾਬ ਦਾ ਫੁੱਲ ਰੱਖਣਾ ਹੈ ਜਾਂ ਕਮਲ ਦਾ ਫੁੱਲ ਵੀ ਰੱਖ ਸਕਦੇ ਹੋ। ਉਸ ਤੋਂ ਬਾਅਦ ਉਸ ਜਲ ਨੂੰ, ਉਸ ਪਾਣੀ ਨੂੰ ਤੁਸੀਂ ਆਪਣੇ ਘਰ ਵਿੱਚ ਜਿੱਥੇ ਮਟਕਾ ਲਗਾਇਆ ਹੈ, ਪੀਣ ਵਾਲਾ ਪਾਣੀ ਹੈ, ਉਹਦੇ ਵਿੱਚ ਪਾ ਸਕਦੇ ਹੋ। ਇਸ ਦੇ ਨਾਲ ਉਸ ਮਟਕੇ ਦਾ, ਘੜੇ ਦਾ ਸਾਰਾ ਪਾਣੀ ਅਭਿਮੰਤ੍ਰਿਤ ਹੋ ਜਾਏਗਾ। ਉਸ ਤੋਂ ਬਾਅਦ ਜਦੋਂ ਵੀ ਤੁਸੀਂ ਇਹ ਪਾਣੀ ਪੀਓਗੇ ਤਾਂ ਤੁਹਾਡੀ ਜਿਸ ਤਰ੍ਹਾਂ ਉਹ ਪਾਣੀ ਪੀਓਗੇ, ਤੁਹਾਡੇ ਘਰ ਦੀਆਂ ਪਰੇਸ਼ਾਨੀਆਂ, ਕਰਜ਼ਾ ਚੜਿਆ ਹੈ, ਪੈਸਾ ਨਹੀਂ ਆ ਰਿਹਾ ਹੈ, ਵਪਾਰ ਬੰਦ ਹੈ, ਨੌਕਰੀ ਚਲੀ ਗਈ ਹੈ, ਸਾਰੀਆਂ ਪਰੇਸ਼ਾਨੀਆਂ ਹੌਲੀ ਹੌਲੀ ਦੂਰ ਹੋਣ ਲੱਗ ਜਾਣਗੀਆਂ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਹੈ, ਇਹ ਸਾਇੰਟੀਫਿਕ ਵੀ ਅਪਰੂਵ ਹੋ ਚੁੱਕਿਆ ਹੈ ਕਿ ਪਾਣੀ ਦੇ ਨਾਲ ਅਸੀਂ ਆਪਣੀਆਂ ਫੀਲਿੰਗਸ ਪਾਣੀ ਦੇ ਅੰਦਰ ਪਾ ਕੇ ਆਪਣੇ ਪਾਣੀ ਨਾਲ ਪਰੇਸ਼ਾਨੀਆਂ ਦੂਰ ਕਰ ਸਕਦੇ ਹਾਂ। ਤੇ ਚਲੋ ਜੀ, ਹੁਣ ਮੈਨੂੰ ਇਜਾਜ਼ਤ ਦਿਓ, ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ।